ਹਾਂਜੀ ਪਿਆਰੇ ਵਿਦਿਆਰਥੀਓ ਜਿਵੇਂ ਕਿ ਸਕਰੀਨ ਤੇ ਦੇਖ ਰਹੇ ਹੋ ਤੁਸੀਂ ਪ੍ਰੀ ਬੋਰਡ ਡੇਟ ਸ਼ੀਟ ਇਹ ਵੀ ਜਾਰੀ ਹੋ ਚੁੱਕੀ ਹੈ 8 ਤਰੀਕ ਦੀ ਡੇਟ ਦੇ ਵਿੱਚ ਲੈਟਰ ਆ ਗਿਆ ਇਸ ਵੀਡੀਓ ਦੇ ਅੰਤਰੇ ਵਿੱਚ ਤੁਹਾਨੂੰ ਲੈਟਰ ਵੀ ਦਿਖਾਵਾਂਗੇ ਕੀ ਲਿਖਿਆ ਉਹ ਚ ਪਰ ਉਹ ਕਿਤਨਾ ਕਿਤੇ ਲੈਟਰ ਟੀਚਰਾਂ ਵਾਸਤੇ ਠੀਕ ਹੈ ਜਦੋਂ ਤਾਂ ਗੱਲ ਬੱਚਿਆਂ ਦੀ ਆਉਂਦੀ ਹੈ ਤਾਂ ਬੱਚੇ ਨਹੀਂ ਸਮਝ ਪਾਉਂਦੇ ਪ੍ਰੋਪਰ ਤਾਂ ਮੈਂ ਕਾਫੀ ਸਿੰਪਲ ਸ਼ਬਦਾਂ ਦੇ ਵਿੱਚ ਲਿਖਿਆ ਪਹਿਲੀ ਤੋਂ ਪੰਜਵੀਂ ਫਸਟ ਟੂ ਫਿਫਥ ਤਾਂ ਜਿਹੜਾ ਤੁਹਾਡਾ ਪੇਪਰ ਹੋਣਾ ਪ੍ਰੀ ਬੋਰਡ ਦਾ ਪ੍ਰੀ ਬੋਰਡ ਬੋਰਡ ਵਰਗੇ ਹੀ ਪੇਪਰ ਹੁੰਦੇ ਨੇ ਬੇਟਾ ਜਿਵੇਂ ਬੋਰਡ ਦਾ ਪੇਪਰ ਹੁੰਦਾ ਓਵੇਂ ਹੀ ਹੋਣਾ ਓਨੇ ਹੀ ਨੰਬਰ ਸਭ ਕੁਝ ਓਵੇਂ ਹੀ ਹੋਊਗਾ ਕੀ ਇਨਸਟਰਕਸ਼ਨਾਂ ਨੇ ਉਹ ਵੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਣਗੀਆਂ 15 ਤਰੀਕ ਤੋਂ ਸ਼ੁਰੂ ਹੋ ਕੇ 20 ਫਰਵਰੀ ਤੱਕ ਇਹ ਚੱਲਣੇ ਨੇ ਸੋਮਵਾਰ ਤੋਂ ਸ਼ਨੀਵਾਰ ਤੱਕ ਲਗਾਤਾਰ 6 ਦਿਨ ਫਿਰ ਅੱਗੇ ਆ ਜੀ 6ਵੀਂ ਤੋਂ 12ਵੀਂ ਇਹ 8 ਤਰੀਕ ਤੋਂ ਸ਼ੁਰੂ ਹੋ ਕੇ 23 ਫਰਵਰੀ ਤੱਕ ਚੱਲਣੇ ਨੇ ਤਾਂ ਕੀ ਇਹਦੀ ਇਨਸਟਰਕਸ਼ਨਾਂ ਰਹਿਣਗੀਆਂ ਕੀ ਡੇਟ ਸ਼ੀਟ ਹੈ ਹੁਣ ਆਪਾਂ ਵੀਡੀਓ 'ਚ ਦੇਖਣ ਜਾ ਰਹੇ ਹਾਂ ਕੀ ਪੁਆਇੰਟ ਪਹਿਲੀ ਤੋਂ ਪੰਜਵੀਂ ਵਸਤੇ ਮੇਨ ਕੀ ਚੀਜ਼ਾਂ ਨੇ ਪਹਿਲੀ ਤੋਂ ਪੰਜਵੀਂ ਦੇ ਪੇਪਰ ਆਨਲਾਈਨ ਅਤੇ ਆਫਲਾਈਨ ਦੋਵੇਂ ਹੋਣਗੇ ਇਨਸਟਰਕਸ਼ਨਾਂ ਦੇ ਅਕੋਰਡਿੰਗ ਹੈ ਬੇਟਾ ਆਨਲਾਈਨ ਆਫਲਾਈਨ ਤਾਂ ਕਰ ਰਹੇ ਨੇ ਫਿਲਹਾਲ ਸਕੂਲ ਓਨਲੀ ਫੋਰ 5th ਓਪਨ ਹੋਏ ਨੇ ਹਜੇ ਪਹਿਲੀ ਤੋਂ ਚੌਥੀ ਓਪਨ ਨਹੀਂ ਹੋਏ ਉਹਦੇ ਵਿੱਚ ਵੀ ਮਾਪਿਆਂ ਦੀ ਥੋੜੀ ਜੀ ਮਰਜ਼ੀ ਰੱਖੀ ਗਈ ਹੈ ਬੱਚੇ ਨੂੰ ਭੇਜਣਾ ਨਹੀਂ ਭੇਜਣਾ ਇਸ ਕਰਕੇ ਆਨਲਾਈਨ ਵੀ ਨਾਲ ਨਾਲ ਚੱਲਣਗੇ ਪੇਪਰ ਦਾ ਪੈਟਰਨ ਕੀ ਰਹੇਗਾ ਪੰਜਾਬ ਬੋਰਡ ਵੱਲੋਂ ਜੋ ਨਵਾਂ ਤੁਹਾਡਾ ਪੈਟਰਨ ਆਇਆਗਾ ਪੀਐਸਸੀਵੀ ਦੀ ਸਾਈਡ ਦੇ ਉੱਤੇ ਉਹ ਰਹੇਗਾ ਈ ਪੰਜਾਬ ਦੀ ਜਿਹੜੀ ਆਈਡੀ ਹੈ ਆਨਲਾਈਨ ਦੌਰਾਨ ਤੁਸੀਂ ਜਿਵੇਂ ਗੂਗਲ ਕੁਇਜ਼ ਜਾਂ ਜਿਵੇਂ ਵੀ ਤੁਹਾਡੇ ਪੇਪਰ ਆਉਣਗੇ ਹਜੇ ਲੈਟਰ ਚ ਕਲੀਅਰ ਨਹੀਂ ਕੀਤਾ ਉਹਦੇ ਵਿੱਚ ਭਰਨੀ ਹੈ ਤੇ ਆਫਲਾਈਨ ਦੌਰਾਨ ਜਿਵੇਂ ਪੰਜਵੀਂ ਦੇ ਪੇਪਰ ਸਕੂਲ 'ਚ ਹੋਣਗੇ ਜਿਹੜੇ ਬੱਚੇ ਜਾ ਰਹੇ ਨੇ ਉਹਨਾਂ ਨੇ ਆਪਦੇ ਪੇਪਰ ਦੇ ਉੱਤੇ ਹੋਰ ਲਿਖਣੀ ਹੈ ਸਿਲੇਬਸ ਸਿਲੇਬਸ ਬੇਟਾ ਫੁੱਲ ਆਏਗਾ ਜਿੰਨਾ ਤੁਹਾਡਾ ਪੱਕੇ ਪੇਪਰਾਂ ਚ ਆਉਣਾ ਲਿੰਕ ਲਿੰਕ ਦੇ ਵਿੱਚ ਮੈਂ ਥੋੜਾ ਕੁਐਸਚਨ ਮਾਰਕ ਲਾਇਆ ਕਿਉਂ ਕਿਉਂਕਿ ਹਜੇ ਲਿੰਕ ਨਹੀਂ ਲੈਟਰ ਚ ਦੱਸਿਆ ਵੀ ਕਿੰਨੇ ਦਿਨ ਰਹੇਗਾ 24 ਘੰਟੇ ਰਹੇਗਾ ਜਾਂ 48 ਘੰਟੇ ਵੈਸੇ ਮੰਨ ਕੇ ਚੱਲਿਓ ਮੋਸਟਲੀ 48 ਘੰਟੇ ਰਹਿੰਦਾ ਹੁੰਦਾ ਪਰ ਜਿਵੇਂ ਡਿਪਾਰਟਮੈਂਟ ਦੀ ਇੱਛਾ सीसी ई ਇਹਨਾਂ ਪੇਪਰਾਂ ਦੇ ਆਧਾਰ ਤੇ ਹੋਵੇਗੀ ਤੁਹਾਡੇ ਕੁਸ਼ਨ ਨੰਬਰ ਡਿਪਾਰਟਮੈਂਟ ਨੂੰ ਤੁਹਾਡੇ ਟੀਚਰਾਂ ਵੱਲੋਂ ਭੇਜੇ ਜਾਂਦੇ ਨੇ ਉਹ ਇਹਨਾਂ ਪੇਪਰਾਂ ਦੇ ਆਧਾਰ ਤੇ ਭੇਜਨੇ ਨੇ ਅਸਾਈਨਮੈਂਟ ਆ ਜਿਹੜੀਆਂ ਵੀ ਤੁਹਾਡੀਆਂ ਆ ਰਹੀਆਂ ਨੇ ਕੋਈ ਜੀ ਆ ਰਹੀਆਂ ਨੇ ਤਾਂ ਉਹ ਇਹਨਾਂ ਪੇਪਰਾਂ ਦੇ ਦੌਰਾਨ ਨਹੀਂ ਆਉਣਗੀਆਂ ਪਹਿਲੀ ਤੋਂ 5ਵੀਂ ਡੇਟਸ਼ੀਟ ਨੋਟ ਕਰ ਲਓ ਸਕਰੀਨਸ਼ਾਟ ਵੀ ਖਿੱਚ ਸਕਦੇ ਹੋ ਪਹਿਲਾ ਪੇਪਰ 15 ਫਰਵਰੀ ਨੂੰ ਤੁਹਾਡਾ ਹੋਣਾ ਹੈ ਅੰਗਰੇਜ਼ੀ ਦਾ ਫਿਰ ਤੁਹਾਡਾ ਦੂਜਾ ਪੇਪਰ ਕਾਦਾ ਹੋਣਾ ਹੈ ਗਣਿਤ ਦਾ ਤੀਜਾ ਪੇਪਰ ਤੁਹਾਡਾਗਾ ਪੰਜਾਬੀ ਦਾ ਸਾਰੀਆਂ ਜਮਾਤਾਂ ਦਾ ਪੰਜਾਬੀ ਹੈ ਪਹਿਲੀ ਤੋਂ ਲੈ ਕੇ ਪੰਜਵੀਂ ਤੱਕ 18 ਤਰੀਕ ਨੂੰ ਤੁਹਾਡਾ ਨਵਾਂ ਵਿਸ਼ਾ ਸਵਾਗਤ ਜ਼ਿੰਦਗੀ 19 ਫਰਵਰੀ ਨੂੰ ਤੀਜੀ ਤੋਂ ਲੈ ਕੇ ਪੰਜਵੀਂ ਤੱਕ ਬਾਤਾਵਰਨ ਸਿੱਖ ਲਾਸਟ ਪੇਪਰ ਤੁਹਾਡਾ ਕਾਦਾਗਾ 20 ਫਰਵਰੀ ਨੂੰ ਹਿੰਦੀ ਇਹ ਕੇਵਲ ਚੌਥੀ ਤੇ ਪੰਜਵੀਂ ਦਾ ਨੀਚੇਲੇ ਕਲਾਸਾਂ ਦਾ ਹਿੰਦੀ ਦਾ ਪੇਪਰ ਨਹੀਂ ਹੋਣਾ ਹਜੇ ਹਿੰਦੀ ਤੁਹਾਡੀ ਸਟਾਰਟ ਨਹੀਂ ਹੋਈ 6ਵੀਂ ਤੋਂ 8ਵੀਂ ਲਈ ਕੀ ਪੁਆਇੰਟ ਕੀ ਨੇ ਤੇ 9ਵੀਂ ਤੋਂ 12ਵੀਂ ਲਈ ਕੀ ਨੇ ਇਹਦੇ ਵਿੱਚ ਉਹ ਹੀ ਹੈ ਵੀ ਜਿਵੇਂ ਪਹਿਲੀ ਤੋਂ ਪੰਜਵੀਂ ਦੇ ਸੀ ਉਸ ਤਰ੍ਹਾਂ ਇਹ ਪੇਪਰ ਵੀ ਤੁਹਾਡੇ ਆਨਲਾਈਨ ਤੇ ਆਫਲਾਈਨ ਦੋਵੇਂ ਹੋਣਗੇ ਪੇਪਰ ਦਾ ਪੈਟਰਨ ਪੰਜਾਬ ਬੋਰਡ ਨੇ ਜੋ ਜਾਰੀ ਕੀਤਾ ਹੈ ਉਹੀ ਰਹੂਗਾ ਈ ਪੰਜਾਬ ਦੀ ਆਈਡੀ ਬਿਲਕੁਲ ਉਹੀ ਇਨਸਟਰਕਸ਼ਨਾਂ ਨੇ ਜੋ ਪਹਿਲੀ ਤੋਂ ਪੰਜਵੀਂ ਵਾਲੀਆਂ ਸੀ ਸੇਮ ਨੇ ਬਸ ਸਿਰਫ ਇੰਨਾ ਕਿ ਇੱਥੇ ਫਰਕ ਹੈ ਇੱਥੇ ਜਿਹੜਾ ਤੁਹਾਡਾ ਸਿਲੇਬਸ ਹੋਣਾ ਉਹ ਰਿਡਿਊਸਡ ਆਊਗਾ ਰਿਡਿਊਸਡ ਧਪਾਵ ਕੁਸ਼ਕ ਸਿਲੇਬਸ ਘਟਾਇਆ ਗਿਆ ਜਿਹਦੇ ਬੇਸ ਤੇ ਮੈਂ ਵੀਡੀਓ ਵੀ ਬਣਾ ਕੇ ਤੁਹਾਨੂੰ ਪਹਿਲਾਂ ਆਪਣੇ ਚੈਨਲ ਤੇ ਪਾਈ ਵੀ ਆ ਤੁਸੀਂ ਚੈਨਲ ਦੇ ਵਿੱਚ ਲੱਭ ਸਕਦੇ ਹੋ ਤੁਹਾਨੂੰ ਮਿਲ ਜੇਗੀ ਰਿਡਿਊਸ ਸਿਲੇਬਸ ਲਿੰਕ ਕਲੀਅਰ ਨਹੀਂ ਮੈਂ ਪਹਿਲਾਂ ਹੀ ਦੱਸਿਆ ਵੀ 24 ਘੰਟੇ ਵੈਲਿਡ ਰਹੂਗਾ ਕ 48 ਘੰਟੇ ਸੀਸੀਈ ਬਹੁਤ ਇੰਪੋਰਟੈਂਟ ਆ ਖਾਸ ਤੌਰ ਤੇ 8th ਕਲਾਸ ਵਾਸਤੇ ਵੀ ਇਹਦੇ ਵਜ੍ਹਾ ਤੇ ਤੁਹਾਡੇ ਪੱਕੇ ਪੇਪਰਾਂ ਦੇ ਵਿੱਚ ਤੁਹਾਡੇ ਲਗਭਗ 20% ਹੈ ਸੀਸੀ ਤਾਂ ਇਸ ਲਈ ਪੇਪਰਾਂ ਦੇ ਵਿੱਚ ਵਧੀਆ ਵਧੀਆ ਪੇਪਰ ਕਰਨੇ ਨੇ ਫੁੱਲ ਨੰਬਰਾਂ ਦਾ ਪੇਪਰ ਹੋਣਾ ਹੈ ਫੁੱਲ ਭਾਗ ਜੇ 80 ਨੰਬਰ ਦਾ ਪੇਪਰ ਤਾਂ 80 ਦਾ ਪੇਪਰ 20 ਦੀ ਅੱਗੇ ਸੀ ਸੀ ਇਹ ਟੀਚਰਾਂ ਨੇ ਲਾਉਣੀ ਆ ਪੱਕਿਆਂ ਚ ਤੁਹਾਡਾ ਪੇਪਰ ਕਿੰਨੇ ਦਾ ਆਊਗਾ 80 ਨੰਬਰ ਦਾ ਅਸਾਈਨਮੈਂਟ ਆ ਜੋ ਵੀ ਤੁਹਾਡੀ ਆ ਰਹੀਆਂ ਨੇ ਪੇਪਰਾਂ ਚ ਨਹੀਂ ਆਉਣਗੀਆਂ 9ਵੀਂ ਤੋਂ 12ਵੀਂ 9ਵੀਂ ਤੋਂ 12ਵੀਂ ਦੇ ਪੇਪਰ ਆਫਲਾਈਨ ਹੋਣਗੇ ਮਤਲਬ ਸਕੂਲ ਚ ਸਕੂਲ ਖੁੱਲ ਗਏ 5ਵੀਂ ਤੋਂ ਲੈ ਕੇ 12ਵੀਂ ਤੱਕ ਪੇਪਰ ਦਾ ਪੈਟਰਨ ਨਾਵੇਂ ਪੇਪਰ ਪੈਟਰਨ ਵਰਗਾ ਹੋਵੇਗਾ ਫੁੱਲ ਪੇਪਰ ਆਵੇਗਾ ਕੀ ਦੇ ਅਕੋਰਡਿੰਗ ਜੋ ਪੀਐਸਸੀ ਵੀ ਸਾਈਡ ਦੇ ਉੱਤੇ ਤੁਹਾਡੇ ਪੇਪਰ ਪਏ ਨੇ ਸਿਲੇਬਸ ਜੋ ਰਿਡਿਊਸ ਕੀਤਾ ਉਹ ਕੁਝ ਘਟਾਤਾ ਵਿੱਚੋਂ ਉਹ ਕੱਟ ਦਿਓ ਕੱਟਣ ਤੋਂ ਬਾਅਦ ਜਿਹੜਾ ਤੁਹਾਡਾ 70% ਲਗਭਗ ਸਿਲੇਬਸ ਹੈਗਾ ਇਹਦੇ ਵਿੱਚੋਂ ਹੀ ਤੁਹਾਡਾ ਪੇਪਰ ਹੋਣਾ ਈ ਪੰਜਾਬ ਆਈਡੀ ਤੁਸੀਂ ਪੇਪਰ ਦੇ ਉੱਤੇ ਲਿਖਣੀ ਆਪਦੀ ਜਿਵੇਂ ਤੁਸੀਂ ਰੋਲ ਨੰਬਰ ਵਗੈਰਾ ਲਿਖ ਦਿਓ ਨਾਲ ਹੀ ਪੰਜਾਬ ਦੀ ਆਈਡੀ ਵੀ ਲਿਖਣੀ 6ਵੀਂ ਤੋਂ 10ਵੀਂ ਮੈਂ ਦੇਖੋ ਇੱਕੋ ਹੀ ਪੇਜ ਤੇ ਕੋਸ਼ਿਸ਼ ਕੀਤੀ ਹੈ 6ਵੀਂ ਤੋਂ 10ਵੀਂ ਦੀ ਡੇਟਸ਼ੀਟ ਤੁਹਾਡੇ ਵਾਸਤੇ ਲਿਖੀ ਹੈ ਪੰਜਾਬੀ ਹਿੰਦੀ ਕੋਟਡ ਕੀਤੀ ਹੈ ਮੈਨੇ ਹਰੇ ਅੱਖਰਾਂ ਦੇ ਵਿੱਚ ਗ੍ਰੀਨ ਕਲਰ ਦੇ ਵਿੱਚ ਚਲੋ ਦੇਖੀਏ 8 ਫਰਵਰੀ ਤੋਂ ਪੇਪਰ ਸ਼ੁਰੂ ਹੋ ਕੇ ਤੁਹਾਡੇ 19 ਫਰਵਰੀ ਤੱਕ ਚੱਲਣੇ ਨੇ 8 ਤੋਂ ਸ਼ੁਰੂ ਹੋ ਜਾਣੇ ਨੇ 19 ਤੱਕ ਚੱਲਣੇ ਪਹਿਲਾ ਪੇਪਰ ਤੁਹਾਡਾ 6ਵੀਂ ਦੀ ਜੇ ਗੱਲ ਕਰੀਏ ਤਾਂ ਅੰਗਰੇਜ਼ੀ ਦਾ ਆਉਣ ਬਾਅਦ 6ਵੀਂ ਦੀ ਗੱਲ ਕਰ ਰਿਹਾ ਅੰਗਰੇਜ਼ੀ 9 ਨੂੰ ਗਣਿਤ 10 ਨੂੰ ਸਮਾਜਿਕ 11 ਨੂੰ ਪੰਜਾਬੀ 12 ਨੂੰ ਸਾਇੰਸ ਉਸ ਤੋਂ ਬਾਅਦ ਦੋ ਛੁੱਟੀਆਂ ਨੇ ਤੁਹਾਡੀਆਂ ਸ਼ਨੀਵਾਰ ਐਤਵਾਰ ਦੋ ਛੁੱਟੀਆਂ ਵਿੱਚ ਵਧੀਆ ਤੁਸੀਂ ਤਿਆਰੀ ਕਰਨੀ ਹੈ ਫਿਰ ਹਿੰਦੀ ਦਾ ਪੇਪਰ ਦੇਣਾ ਹੈ ਫਿਰ ਕੰਪਿਊਟਰ ਫਿਰ ਸਵਾਗਤ ਜਿੰਦਗੀ ਨਵਾਂ ਵਿਸ਼ਾ ਫਿਰ ਸਰੀਰਕ ਸਿੱਖਿਆ ਇਸ ਤਰ੍ਹਾਂ ਹੀ 7ਵੀਂ ਦਾ ਪਹਿਲਾ ਪੰਜਾਬੀ ਦੂਜਾ ਸਾਇੰਸ ਤੀਜਾ ਕੰਪਿਊਟਰ ਚੌਥਾ ਅੰਗਰੇਜ਼ੀ ਪੰਜਵਾਂ ਹਿੰਦੀ ਸਮਾਜਿਕ ਮੂਰੇ ਤੁਹਾਨੂੰ ਦੋ ਛੁੱਟੀਆਂ ਆ ਗਈਆਂ ਫਿਰ ਗਣਿਤ ਸਰੀਰਕ ਸਿੱਖਿਆ ਸਵਾਗਤ ਜਿੰਦਗੀ 8ਵੀਂ ਦੀ ਗੱਲ ਕਰੀਏ ਤਾਂ ਸ਼ੁਰੂਆਤ ਮੇਰੇ ਸਬਜੈਕਟ ਜਾਨਕੀ ਗਣਿਤ ਨਾਲ ਹੋਵੇਗੀ ਫਿਰ ਹਿੰਦੀ ਪੰਜਾਬੀ ਸਵਾਗਤ ਜਿੰਦਗੀ ਸਰੀਰਕ ਸਿੱਖਿਆ ਅੰਗਰੇਜ਼ੀ ਮੂਰੇ ਦੋ ਛੁੱਟੀਆਂ ਆ ਗੀਆਂ ਫਿਰ ਤੁਹਾਨੂੰ ਫਿਰ ਕੰਪਿਊਟਰ ਸਾਇੰਸ ਸਮਾਜਿਕ ਨੌਮੀ ਦੇ ਵਿੱਚ ਹਿੰਦੀ ਪੰਜਾਬੀ ਤੋਂ ਸਟਾਰਟ ਹੋ ਜਾਣਾ ਹੈ ਗਣਿਤ ਕੰਪਿਊਟਰ ਸਮਾਜਿਕ ਸਾਇੰਸ ਅੰਗਰੇਜ਼ੀ ਪੰਜਾਬੀ ਵੀ ਸਰੀਰਕ ਸਿੱਖਿਆ ਤੇ ਸਵਾਗਤ ਜਿੰਦਗੀ ਤਾ ਥੋੜਾ ਫਾਸਟ ਬੋਲ ਰਿਹਾ ਕਿਉਂਕਿ ਤੁਹਾਨੂੰ ਸਾਰਾ ਨਜ਼ਰ ਆ ਹੀ ਰਿਹਾ ਤੁਸੀਂ ਇੰਨਾ ਕਿ ਤਾਂ ਰੀਡ ਕਰ ਹੀ ਲੈਨੇ ਹੋ 10ਵੀਂ ਦਾ ਪਹਿਲਾ ਸਾਇੰਸ ਅੰਗਰੇਜ਼ੀ ਹਿੰਦੀ ਸਵਾਗਰ ਜ਼ਿੰਦਗੀ ਪੰਜਾਬੀ ਫਿਰ ਗਣਿਤ ਫਿਰ ਸਰੀਰਕ ਸਿੱਖਿਆ ਫਿਜ਼ੀਕਲ ਐਜੂਕੇਸ਼ਨ ਜਿਹਨੂੰ ਕਹਿ ਦਿੰਦੇ ਨੇ ਸਮਾਜਿਕ ਸਿੱਖਿਆ ਸੋਸ਼ਲ ਸਟਡੀ ਪੰਜਾਬੀ ਦਾ ਬੀ ਪੇਪਰ ਹੈ ਤੇ ਫਿਰ ਐਂਡ ਤੇ ਕੰਪਿਊਟਰ ਇਸ ਤਰ੍ਹਾਂ ਅੱਗੇ ਆਪਾਂ ਪਲੱਸ ਵਨ ਪਲੱਸ 2 ਦੀ ਗੱਲ ਕਰੀਏ ਵੱਡੇ ਬੱਚੇ ਨੇ スクリーンショット ਲੈ ਲੋ ਪੂਰੀ ਪੂਰੀ ਪ੍ਰੀਬੋਰਡ ਡੇਟ ਸ਼ੀਟ ਨਜ਼ਰ ਆ ਰਹੀ ਹੈ 8 ਤੋਂ ਪੰਜਾਬੀ ਦੇ ਨਾਲ 11ਵੀਂ ਦਾ ਪੇਪਰ ਸਟਾਰਟ ਹੋ ਜਾਣਾ ਹੈ ਫਿਰ ਕੰਪਿਊਟਰ ਅੰਗਰੇਜ਼ੀ ਬਾਤਾਵਰਨ ਰਾਜਨੀਤੀ ਸ਼ਾਸਤਰ ਕੈਮਿਸਟਰੀ ਅਕਾਊਂਟੈਂਸੀ ਦੋ ਛੁੱਟੀਆਂ ਇਕਨੋਮਿਕਸ ਜਾਂ ਫਿਜ਼ਿਕਸ ਜਿੰਨਾਂ ਕੋਲੇ ਹੈ ਹਿਸਟਰੀ ਬਾਇਓਲੋਜੀ ਬਿਜ਼ਨਸ ਸਟਡੀ ਐਮਓਪੀ ਬਲੀਕ ਜੀਓਗ੍ਰਾਫੀ ਸਵਾਗਤ ਜ਼ਿੰਦਗੀ ਨਵਾਂ ਵਿਸ਼ਾ ਪੰਜਾਬੀ ਹਿੰਦੀ ਅੰਗਰੇਜ਼ੀ ਕਲੈਕਟਿਵ ਜਿਹੜੀ ਕਿਸੇ ਬੱਚੇ ਕੋਲ ਹੈਗੀ ਹੈ 22 ਫਰਵਰੀ ਗਣਿਤ ਤੁਸੀਂ ਰੀਡ ਕਰ ਹੀ ਲਿਆ ਸਕਰੀਨਸ਼ਾਟ ਲੈ ਲਓ 11ਵੀਂ 12ਵੀਂ ਦੇ ਬੱਚੇ ਕਾਫੀ ਸਿਆਣੇ ਹੁੰਦੇ ਨੇ ਮੇਰੇ ਦੱਸਣ ਵਾਲੀ ਕੋਈ ਏਡੀ ਗੱਲ ਨਹੀਂ ਹੈ ਲੈਟਰ ਜਿਹਦੀ ਮੈਂ ਤੁਹਾਨੂੰ ਜ਼ਿਕਰ ਕਰ ਰਿਹਾ ਸੀ 8 ਫਰਵਰੀ ਦੀ ਡੇਟ ਦੇ ਵਿੱਚ ਜਾਰੀ ਹੋਇਆ ਹੈ ਐਸਈਆਰਟੀ ਦਫ਼ਤਰ ਵੱਲੋਂ ਜੋ ਤੁਹਾਡੀਆਂ ਪ੍ਰੀ ਬੋਰਡ ਜਾਂ ਆਪਾਂ ਕਹਿੰਦੇ ਇਹ ਵੀ ਨੌਨ ਬੋਰਡ ਦੀ ਡੇਡ ਸ਼ੀਟ ਜਿਹੜਾ ਡਿਪਾਰਟਮੈਂਟ ਜਾਰੀ ਕਰਦਾ ਉਹ SCERT ਹੈ ਤਾਂ ਇੱਥੇ ਲਿਖਿਆ ਹੈ ਕਲੀਅਰ ਕਟ ਫ੍ਰੀ ਪ੍ਰੀਬੋਰਡ ਫਰਬਰੀ 2021 ਦੀ ਡੇਡ ਸ਼ੀਟ ਐਸੇ ਦੇ ਵਿੱਚੋਂ ਹੀ ਮੈਨੇ ਦੇਖ ਕੇ ਤੁਹਾਡੇ ਲਈ ਡੇਡ ਸ਼ੀਟ ਤਿਆਰ ਕੀਤੀ ਹੈ ਕਿਉਂਕਿ ਕਈ ਵਾਰੀ PDF ਵੀਡੀਓ ਦੀ ਕੱਟ ਗਲੈਡੀ ਕਰਕੇ ਉਨੀ ਵਧੀਆ ਨਹੀਂ ਨਾਜਰ ਆਉਂਦੀ ਕੁਝ ਬੱਚਿਆਂ ਨੂੰ ਇੱਥੇ ਲਿਖਿਆ ਦੇਖੋ ਤੀਜਾ ਪੁਆਇੰਟ ਪੜੋ ਇਹ ਡੇਟਸ਼ੀਟ ਮੁਤਾਬਕ ਪਹਿਲੀ ਤੋਂ ਅੱਠਵੀਂ ਆਹ ਵਾਲਾ ਪੁਆਇੰਟ ਦਾ ਮਲੰਕਣ ਆਨਲਾਈਨ ਅਤੇ ਆਫਲਾਈਨ ਦੋਵੇਂ ਮੋੜ ਨੌਵੀਂ ਤੋਂ ਬਾਰਵੀਂ ਜਮਾਤਾਂ ਦਾ ਮਲੰਕਣ ਸਮਾਵਧ ਤਰੀਕੇ ਨਾਲ ਆਫਲਾਈਨ ਕੇਵਲ ਸਕੂਲ ਦੇ ਵਿੱਚ ਹੋਵੇਗਾ ਇਹ ਤਜਵੀਜ਼ ਹੈ ਕੋਈ ਵੀ ਤਬਦੀਲੀ ਆਉਂਦੀ ਹੈ ਤੁਹਾਨੂੰ ਸਮੇਂ-ਸਮੇਂ ਤੇ ਦੱਸ ਰਿਤਾ ਜਾਊਗਾ ਡੇਟਸ਼ੀਟ ਹੈ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਅੱਲੀ ਤੋਂ 5ਵੀਂ ਵਾਲੇ ਵੀ ਲੈ ਸਕਦੇ ਨੇ 6ਵੀਂ ਤੋਂ 10ਵੀਂ ਵਾਲੇ ਵੀ ਸਕਰੀਨਸ਼ਾਟ ਲੈ ਸਕਦੇ। ਬਾਕੀ ਮੈਂ ਤੁਹਾਨੂੰ ਪਹਿਲਾਂ ਦੱਸੀ ਤਾਂ 11ਵੀਂ ਤੋਂ 12ਵੀਂ ਦੇ ਬੱਚਿਆਂ ਦਾ ਅੱਗੇ ਇੰਸਟਰਕਸ਼ਨ ਆ ਗਈਆਂ। ਮੈਂ ਤੁਹਾਨੂੰ ਲਗਭਗ ਦੱਸਤੀਆਂ। ਪ੍ਰੀ-ਬੋਰਡ ਪੇਪਰਾਂ ਲਈ ਪਹਿਲੀ ਤੋਂ 5ਵੀਂ ਜਮਾਤ ਲਈ ਪੂਰਾ ਸਿਲੇਬਸ 6ਵੀਂ ਤੋਂ 12ਵੀਂ ਜਮਾਤਾਂ ਲਈ ਰਿਡਿਊਸਡ ਸਿਲੇਬਸ ਮੁਤਾਬਕ ਪੂਰੇ ਸਿਲੇਬਸ ਵਿੱਚੋਂ ਪੇਪਰ ਆਵੇਗਾ। ਪੇਪਰ ਦਾ ਪੈਟਰਨ ਪੰਜਾਬ ਸਕੂਲ ਬੋਰਡ ਵੱਲੋਂ ਜਾਰੀ ਨਵੇਂ ਪੇਪਰ ਪੈਟਰਨ ਮੁਤਾਬਕ ਹੋਵੇਗਾ। ਪਹਿਲੀ ਤੋਂ 8ਵੀਂ ਜਮਾਤਾਂ ਦਾ ਪੇਪਰ ਆਨਲਾਈਨ ਅਤੇ ਆਫਲਾਈਨ ਦੋਵੇਂ ਹੋਵੇਗਾ। ਪ੍ਰਸ਼ਨ 72 ਵਿੱਚ ਬਹੁਵਿਕਲਪੀ ਜਿਹਨੂੰ ਕੀ ਬੋਲਦੇ ਨੇ ਐਮਸੀਕਿਊ ਅਤੇ ਲੰਬੇ ਲੰਬੇ ਮਤਲਬ ਦੋ ਅੰਕਾਂ ਵਾਲੇ ਚਾਰ ਅੰਕਾਂ ਵਾਲੇ ਤਿੰਨ ਅੰਕਾਂ ਵਾਲੇ ਉਹ ਵੀ ਆਉਣਗੇ। 9ਵੀਂ ਤੋਂ 12ਵੀਂ ਪੇਪਰ ਆਫਲਾਈਨ ਹੋਵੇਗਾ ਪਹਿਲੀ ਤੋਂ 8ਵੀਂ ਜਮਾਤ ਦੇ ਬੱਚੇ ਸਟੂਡੈਂਟ ਆਈਡੀ ਭਰਨਗੇ ਤੇ 9ਵੀਂ ਤੋਂ 12ਵੀਂ ਦੇ ਬੱਚੇ ਆਈਡੀ ਲਿਖਣਗੇ ਕਾਤੇ ਉੱਤਰ ਪੱਤਰੀ ਤੇ ਅਨਸਰ ਸ਼ੀਟ ਤੇ ਲਿੰਕ ਇੱਕ ਦਿਨ ਪਹਿਲਾਂ ਭੇਜਿਆ ਜਾਵੇਗਾ ਕਿੰਨਾ ਚਿਰ ਰਹੇਗਾ ਮੈਂ ਤੁਹਾਨੂੰ ਪਹਿਲਾਂ ਹੀ ਕੁਐਸਚਨ ਮਾਰਕ ਲਾਤਾ ਸੀ ਵੀ ਉਹ ਕਲੀਅਰ ਨਹੀਂ ਕੀਤਾ ਵੀ 24 ਘੰਟੇ ਕਿ 48 ਘੰਟੇ ਸਕੂਲ ਮੁਖੀ ਨੂੰ ਈਮੇਲ ਕਰ ਦੇਣਗੇ ਹੈਡਾਂ ਕੋਲੇ ਆਜੂ ਅਗੇ ਟੀਚਰਾਂ ਕੋਲੇ ਟੀਚਰਾਂ ਤੋਂ ਤੁਹਾਡੇ ਕੋਲੇ ਪੇਪਰ ਪਹੁੰਚ ਜਾਣ। ਪੇਪਰ ਵਾਲੇ ਦੇ ਅਸਾਈਨਮੈਂਟ ਨਹੀਂ ਭੇਜਿਆ ਜਾਣ ਗਿਆ ਤਾਂ ਜੋ ਵਿਦਿਆਰਥੀ ਪੇਪਰ ਦੀ ਤਿਆਰੀ ਕਰ ਸਕੇ। ਜ਼ਰੂਰੀ ਸੂਚਨਾ ਵੋਕੇਸ਼ਨਲ ਸਟਰੀਮ ਵਾਲਿਆਂ ਵਾਸਤੇ ਹੈ। ਉਹਨਾਂ ਦਾ ਪ੍ਰੀਖਿਆਵਾਂ ਮੁਖੀ ਸਕੂਲ ਦਾ ਆਪ ਡੇਟਸ਼ੀਟ ਬਣਾਊਗਾ ਤੁਹਾਨੂੰ ਉਹ ਡੇਟਸ਼ੀਟ ਉਹ ਦੇਣਗੇ ਇਹਦੇ ਵਿੱਚ ਨਹੀਂ ਹੈਗੀ। ਇਸ ਪ੍ਰੀਖਿਆ ਦੇ ਆਧਾਰ ਤੇ ਹੀ ਸੀਸੀ ਨੂੰ ਕਰ ਲਿਆ ਜਾਵੇ। ਵੋਕੇਸ਼ਨਲ ਸਟਰੀਮ ਦੀ ਪ੍ਰੀ-ਵਾਰਡ ਪ੍ਰੀਖਿਆ ਦੀ ਡੇਟਸ਼ੀਟ ਸਕੂਲ ਮੁਖੀ ਆਪਣੇ ਵੱਦਰ ਤੇ ਦੇਵੇਗਾ ਪਹਿਲਾਂ ਹੀ ਪੁਆਇੰਟ ਆ ਗਿਆ ਸੀ ਰਿਪੀਟ ਹੋ ਗਿਆ ਵੀਡੀਓ ਵਧੀਆ ਲੱਗੀ ਤਾਂ ਆਪਣੇ ਦੋਸਤਾਂ ਨੂੰ ਭੇਜੋ ਸ਼ੇਅਰ ਕਰੋ ਲਾਈਕ ਕਰੋ ਥੈਂਕ ਯੂ